ਲੁਧਿਆਣਾ ਪੁਲਿਸ ਦੀ ਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਐਕਟਿਵਾ ਸਵਾਰ ਇੱਕ ਮਹਿਲਾ ਨੂੰ 440 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਹਿਚਾਣ ਸੁਖਵਿੰਦਰ ਕੌਰ ਵਜੋਂ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸੰਬੰਧੀ ਐਸਟੀਐਫ ਮੁਖੀ ਹਰਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮਹਿਲਾ 5 ਸਾਲਾਂ ਤੋਂ ਇਸ ਗੈਰ ਕਾਨੂੰਨੀ ਧੰਦੇ ਨਾਲ ਜੁੜੀ ਹੋਈ ਹੈ ਤੇ ਉਸ ਦੇ ਪਤੀ ਅਤੇ ਬੇਟੇ ਉੱਪਰ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਉਧਰ ਇਲਾਕਾ ਵਾਸੀਆਂ ਨੇ ਮਹਿਲਾ ਦੇ ਗ੍ਰਿਫਤਾਰ ਹੋਣ ਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਸਾਰਿਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਦੇ ASI ਰਾਮਪਾਲ ਸਿੰਘ ਅਤੇ ਇਹਦੇ ਹੋਰ ਸਾਥੀਆਂ ਦੇ ਨਿਰਮਲ ਪੈਲਸ ਰੋਡ ਨੇੜੇ ਕੁਆਲਿਟੀ ਧਰਮਸ ਕੰਡਾ ਨਾਕਾਬੰਦੀ ਕੀਤੀ ਹੋਈ ਸੀਗੀ, ਜਿਸ ਪਾਸ ਮੁਖਬਰੀ ਹੋਈ ਕਿ ਇੱਕ ਔਰਤ ਸੁਖਵਿੰਦਰ ਕੌਰ ਉਰਫ ਲਾਲੀ ਪਤਨੀ ਸੁਖਦੇਵ ਸਿੰਘ ਵਾਸੀ ਕਬੀਰ ਨਗਰ ਡਾਬਾ ਰੋਡ ਲੁਧਿਆਣਾ ਜੋ ਨਸ਼ੇ ਦੀ ਤਸਕਰੀ ਦਾ ਨਜਾਇਜ਼ ਧੰਦਾ ਕਰਦੀ ਆ, ਜਿਸ ਦੇ ਬਰਖਲਾ ਪਹਿਲਾਂ ਵੀ ਕਾਫੀ ਮੁਕੱਦਮੇ ਹੈਰੋਇਨ ਦੀ ਤਸਕਰੀ ਅਤੇ ਨਸ਼ੇ ਦੀ ਤਸਕਰੀ ਦੇ ਦਰਜ ਹਨ, ਜਿਸ ਨੇ ਹੁਣ ਆਪਣੀ ਸਕੂਟਰੀ ਦੇ ਉੱਪਰ ਫੋਕਲ ਪੁਆਇੰਟ ਏਰੀਏ ਦੇ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਜਾਣਾ ਹੈ। ਜੋ ਮੁਖਬਰੀ ਪੱਕੀ ਹੋਣ 'ਤੇ ASI ਰਾਮਪਾਲ ਸਿੰਘ ਨੇ ਸਾਡੇ ਐਸਟੀਐਫ ਥਾਣਾ ਫੇਜ 4 ਮੋਹਾਲੀ ਮੁਕੱਦਮਾ ਨੰਬਰ 29 NDPS ਐਕਟ ਦਰਜ ਕਰਾ ਕੇ ਮੌਕਾ ਪਰ ਮਾਨਯੋਗ DSP ਸਾਹਿਬ ਐਸਟੀਐਫ ਲੁਧਿਆਣਾ ਜੀ ਨੂੰ ਕਾਲ ਕਰਕੇ ਬੇਨਤੀ ਕਰਕੇ ਬੁਲਾਇਆ। ਜਦੋਂ ਉੱਥੇ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਨਾਕਾਬੰਦੀ ਦੌਰਾਨ ਇਹ ਔਰਤ ਆਪਣੀ ਐਕਟਿਵਾ ਸਕੂਟਰੀ ਪਰ ਸਵਾਰ ਹੋ ਕੇ ਆਪਣੇ ਘਰ ਵੱਲੋਂ ਆਈ, ਜਿਸ ਨੂੰ ਪੁਲਿਸ ਪਾਰਟੀ ਨੇ ਜਦੋਂ ਰੋਕ ਕੇ ਇਹਦੀ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਇਹਦੇ ਪਾਸੋਂ 440 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਸੀਂ ਇਹ ਪਤਾ ਲਗਾਵਾਂਗੇ ਵੀ ਇਹਦੀ ਪਾਈਪਲਾਈਨ ਇਹ ਕਿੱਥੋਂ ਸਪਲਾਈ ਲੈਂਦੀ ਆ ਅਤੇ ਕਿੱਥੇ ਕਿੱਥੇ ਸਪਲਾਈ ਦਿੰਦੀ ਆ, ਇਸ ਧੰਦੇ ਦੇ ਵਿੱਚ ਇਹਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ। ਸਾਨੂੰ ਪੁਲਿਸ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ, ਸਾਥ ਦੇਣਾ ਚਾਹੀਦਾ। ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਦਲਦਲ 'ਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਅਤੇ ਸਾਨੂੰ ਪੁਲਿਸ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ। ਜੇ ਸਾਡੇ ਕੋਈ ਨੇੜੇ ਤੇੜੇ ਨਸ਼ਾ ਤਸਕਰ ਕੋਈ ਨਸ਼ਾ ਵੇਚਦਾ ਤਾਂ ਉਸਦੀ ਇਤਲਾਹ ਪੁਲਿਸ ਨੂੰ।